ਉਹਨੂੰ ਕਿ 3 ਮਹੀਨੇ ਨਹੀਂ ਗਿਆ, ਮੈਂ ਆਪਣੇ ਘਰ ਦੇ ਲੱਭਦਾ ਰਿਹਾ ਵਾ। ਰਿਫਿਊਜੀ ਹੈ ਜੀ। ਅੱਜ ਮੈਂ ਆਇਆ ਗੁਰਦਾਸਪੁਰ ਦੇ ਇੱਕ ਮਸ਼ਹੂਰ ਕਸਬੇ ਕਾਦੀਆਂ ਵਿੱਚ, ਅਤੇ ਇੱਥੇ ਅੱਜ ਮੈਂ ਕੈਪਟਨ ਹਰਦਿਆਲ ਸਿੰਘ ਜੀ ਨੂੰ ਮਿਲਣ ਆਇਆ, ਜਿਨ੍ਹਾਂ ਦਾ ਵਾਹ ਵਾਸਤਾ ਲੈਂਦੇ ਪੰਜਾਬ ਦੇ ਜ਼ਿਲ੍ਹੇ ਸਿਆਲਕੋਟ ਨਾਲ ਆ। ਉਸ ਤੋਂ ਬਾਅਦ ਇਹਨਾਂ ਦੇ ਬਜ਼ੁਰਗਾਂ ਨੇ ਲਾਇਲਪੁਰ ਜਾ ਕੇ ਜ਼ਮੀਨ ਖਰੀਦੀ, ਉਹ ਸਾਰਾ ਸਫ਼ਰ ਕਿਸ ਤਰ੍ਹਾਂ ਵਾਪਰਿਆ, ਇਹ ਫੌਜ 'ਚ ਭਰਤੀ ਹੋਈ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਕੈਪਟਨ ਸਾਹਿਬ। ਸਤਿ ਸ਼੍ਰੀ ਅਕਾਲ। ਗੁਰਦਾਸਪੁਰ ਦੀ ਤਹਿਸੀਲ ਹੈ ਇਹ? ਤਹਿਸੀਲ ਨਹੀਂ ਜੀ, ਜੀ ਕੁਛ ਨਹੀਂ, ਇਹ ਕਸਬਾ ਛੋਟਾ ਜਿਹਾ, ਤਹਿਸੀਲ ਸਾਡੀ ਬਟਾਲਾ ਵਾ। ਅੱਛਾ, ਬਟਾਲਾ ਤਹਿਸੀਲ ਹੈ। ਹਾਂਜੀ, ਠੀਕ ਹੈ ਜੀ। ਅਤੇ ਤੁਹਾਡੇ ਬਜ਼ੁਰਗ ਕਿਹੜੇ ਪਿੰਡ ਦੇ ਸੀ ਪਿੱਛੋਂ? ਪਿੱਛੇ ਸਿਆਲਕੋਟ ਅਤੇ ਰਾਮ ਰਾਈਆਂ ਕਲਾ। ਠੀਕ ਹੈ ਜੀ। ਉੱਥੇ ਬਿਮਾਰੀ ਪੈ ਗਈ, ਇੱਕ ਆਉਂਦਾ ਇੱਕ ਨੂੰ ਛਾੜ ਕੇ ਆਉਂਦਾ, ਦੂਜਾ ਤਿਆਰ ਹੁੰਦਾ ਸੀ, ਅਤੇ ਫਿਰ ਮੇਰਾ ਫਾਦਰ ਸਾਹਿਬ ਉੱਥੋਂ ਭੱਜ ਆਏ ਆਣ ਕੇ ਲਾਇਲਪੁਰ ਜ਼ਿਲ੍ਹੇ ਵਿੱਚ ਹੈ ਗੋਜਰਾ। ਹਾਂਜੀ, ਗੋਜਰੇ ਨਾਲ ਦਾ ਪਿੰਡ ਨਿਕਲ ਜਾ ਕੱਚਾ ਗੋਜਰਾ, ਉੱਥੇ ਵੱਸ ਗਿਆ ਆਣ ਕੇ। ਉੱਥੇ ਫਿਰ ਮੇਰੇ ਸਭ ਪੜ੍ਹਾਈ ਪਰਵਰਿਸ਼ ਉੱਥੇ ਹੋਈ ਹੈ ਸਾਰੀ। ਮੈਂ ਪੜ੍ਹਿਆ ਥੋੜ੍ਹਾ ਹੀ ਹਾਂ, 6 ਜਮਾਤਾਂ ਪੜ੍ਹਿਆ ਵਾ। ਮੈਨੂੰ ਮੇਰਾ ਭਣੂਜਾ ਲੈ ਗਿਆ ਸੀ, ਸੱਖਰ ਰੋੜੀ ਰੇਲਵੇ ਸੀ ਉਹ, ਅਤੇ ਉਹ ਮੈਨੂੰ ਮਾਰਦਾ ਸੀ, ਅਤੇ ਮੈਂ ਕਿਹਾ ਮੈਂ ਜਾਣਾ ਘਰ, ਮੈਂ ਤਾਂ ਆ ਗਿਆ। ਫਿਰ ਮੈਨੂੰ ਜ਼ੋਰ ਲਾਇਆ ਪੜ੍ਹ, ਮਾਸਟਰ ਮੈਨੂੰ ਆਖਣ ਤੋਂ 7ਵੀਂ 'ਚ ਬਹਿ ਜਾ, ਪਾਸ ਹੋ ਜਾਣਾ, ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਪੜ੍ਹਿਆ। ਫਿਰ ਮੈਂ ਬਾਰਾ ਕਰਦੀ ਕਰਦਾ ਰਿਹਾ, ਜਦੋਂ ਥੋੜ੍ਹੀ ਉਮਰ ਠੀਕ ਹੋਈ ਤਾਂ ਮੈਂ 46 'ਚ 1/7/1946 'ਚ ਭਰਤੀ ਹੋ ਗਿਆ। ਅਤੇ ਜਿਹੜਾ ਕੱਚਾ ਗੋਜਰਾ ਜਾਂ ਛੋਟਾ ਗੋਜਰਾ ਸੀਗਾ, ਉਸ ਪਿੰਡ ਬਾਰੇ ਦੱਸ ਦਿਓ, ਉੱਥੇ ਕਿਹੜੇ ਕਿਹੜੇ ਲੋਕ ਵੱਸਦੇ ਸੀ? ਉੱਥੇ ਸਾਰੀ ਕੌਮਾਂ ਸਨ, ਹਿੰਦੂ, ਸਿੱਖ, ਮੁਸਲਮਾਨ, ਸਿੱਖ, ਈਸਾਈ ਸਭ ਸਨ, ਸਾਰੇ ਆਪਸ 'ਚ ਬੜੇ ਪਿਆਰ ਨਾਲ ਰਹਿੰਦੇ ਸਨ। ਫਿਰ ਪਤਾ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਉਹ ਹੀ ਦੁਸ਼ਮਣ ਹੋ ਗਏ ਸਾਰੇ। ਅਤੇ ਉਹ ਜਿਹੜੇ ਮੁਸਲਮਾਨ ਰਹਿੰਦੇ ਸੀਗੇ, ਉਹਨਾਂ ਦੇ ਕੁਝ ਨਾਮ ਯਾਦ ਆ? ਨਾਮ ਥੋੜ੍ਹੇ ਆਦਮੀਆਂ ਦਾ ਹੈ ਯਾਦ, ਇੱਕ ਤਾਂ ਹੈਗਾ ਹੀ ਪੀਰਾਂ ਦਿੱਤਾ, ਇੱਕ ਸੀ ਮਹਿਮੂਦ, ਸਾਦਕ, ਇਹ ਨਾਮ ਮੈਨੂੰ ਯਾਦ ਨੇ। ਇੱਕ ਘਰ ਇਹ ਸੀ, ਇੱਕ ਮਿਸਤਰੀਆਂ ਦਾ ਸੀ, ਉੱਥੇ ਜਿੱਥੇ ਅਸੀਂ ਰਹਿੰਦੇ ਸਨ ਨਾ, ਉਹ ਜਾਇਦਾਦ ਹੈਗੀ ਸਰਦਾਰਾਂ ਦੀ, ਉਹਨਾਂ ਨੂੰ ਇੱਥੇ ਜ਼ਮੀਨ ਮਿਲੀ ਹੋਈ ਸੀ ਕੱਚੇ ਗੋਜਰੇ ਦੇ ਵਿੱਚ, ਅਤੇ ਉਹ 6 ਮੁਹੱਲੇ ਸਨ, ਹਰੀ ਸਿੰਘ ਦਾ ਮੁਹੱਲਾ, ਹੁਮਨ ਸਿੰਘ ਦਾ ਮੁਹੱਲਾ, ਚੇਤ ਸਿੰਘ ਦਾ ਮੁਹੱਲਾ, ਰਘਵੀਰ ਸਿੰਘ ਦਾ ਮੁਹੱਲਾ, ਸ਼ੇਖਾਂ ਦਾ ਮੁਹੱਲਾ। ਸ਼ੇਖਾਂ ਦਾ ਮੁਸਲਮਾਨ ਮੁਹੱਲੇ, ਸਾਰੇ ਮੁਸਲਮਾਨ ਸਨ, ਕੋਈ ਕੋਈ ਸਿੱਖ ਸੀ ਉੱਥੇ। ਠੀਕ, ਇਹ ਜਿਹੜੇ ਸਰਦਾਰ ਸੀਗੇ ਜੀ, ਇਹ ਪਿੱਛੋਂ ਕਿੱਥੇ ਦੇ ਸੀਗੇ? ਹਾਂਜੀ, ਇਹ ਸਰਦਾਰ ਮੈਂ ਕਿਹਾ ਕਿਹੜੇ ਪਿੰਡਾਂ ਦੇ ਸੀ, ਇੱਧਰੋਂ ਗਏ ਹੋ? ਸਰਦਾਰ ਜਿਹੜੇ ਜ਼ਮੀਨਾਂ, ਜਿਨ੍ਹਾਂ ਦੀਆਂ ਜ਼ਮੀਨਾਂ ਸੀਗੀਆਂ, ਉਹ ਇੱਧਰ ਹੀ ਇੱਧਰ ਆਪਣੇ ਹਿੰਦੁਸਤਾਨ 'ਚ ਸੀ, ਉਹਨਾਂ ਦਾ ਕੋਈ ਥਾਂ ਟਿਕਾਣਾ ਪਿਆ ਨਹੀਂ ਮੈਨੂੰ ਪਤਾ, ਮੈਂ ਛੋਟਾ ਹੁੰਦਾ, ਮੈਨੂੰ ਨਹੀਂ ਪਤਾ ਕੁਛ ਵੀ। ਅਤੇ ਸਕੂਲ ਕਿੱਥੇ ਸੀਗਾ ਜੀ? ਹਾਂਜੀ, ਸਕੂਲ ਸਕੂਲ ਗੋਜਰੇ 'ਚ, ਪ੍ਰਾਇਮਰੀ ਸਕੂਲ ਗੋਜਰੇ ਪੜ੍ਹਿਆ ਮੈਂ, ਫਿਰ ਉਸ ਤੋਂ ਬਾਅਦ ਹਾਈ ਸਕੂਲ ਚਲਾ ਗਿਆ, 6 ਜਮਾਤਾਂ ਪੜ੍ਹਿਆ, ਮੁੜ ਕੇ ਮੈਨੂੰ ਜ਼ੋਰ ਲਾ ਰਹੇ ਮੈਂ ਵੀ ਨਹੀਂ ਪੜ੍ਹਿਆ। ਅਤੇ ਪ੍ਰਾਇਮਰੀ ਸਕੂਲ ਦੇ ਟੀਚਰਾਂ ਦੇ ਨਾਂ ਯਾਦ ਆ ਜੀ? ਟੀਚਰ ਮੁਸ਼ਕਿਲ ਜੀ ਗੱਲ ਹੈ, ਇੱਕ ਤਾਂ ਮਾਸਟਰ ਨੰਦ ਲਾਲ ਸੀ ਦੂਸਰੀ ਜਮਾਤ ਦਾ, ਅਤੇ ਇੱਕ ਸੀ ਅਸਾਕ, ਉਹ ਸੀ ਚੌਥੀ ਜਮਾਤ ਦਾ, ਉਹ ਹਾਈ ਸੀ, ਇਹ ਮੈਨੂੰ ਨਾਂ ਦੋ ਯਾਦ ਨੇ। ਅਤੇ ਹਾਈ ਸਕੂਲ ਦੇ ਵਿੱਚ, ਹਾਈ ਸਕੂਲ ਦੇ ਵਿੱਚ ਹੈਗਾ ਇੱਕ ਮਾਸਟਰ ਤੇਜਾ ਸਿੰਘ, ਉਹ ਸਾਨੂੰ ਉਰਦੂ ਪੜ੍ਹਾਉਂਦਾ ਹੁੰਦਾ ਸੀ, ਅਤੇ ਇੱਕ ਖੇਤੀਬਾੜੀ ਦਾ ਮਾਸਟਰ ਸੀ, ਸਿੱਖ ਸੀ ਉਹਦਾ ਮੈਨੂੰ ਨਾਂ ਭੁੱਲ ਗਿਆ ਹੁਣ, ਅਤੇ ਇੱਕ ਸੀ ਰਮਜ਼ਾਨ, ਉਹ ਅੰਗਰੇਜ਼ੀ ਪੜ੍ਹਾਉਂਦਾ ਸੀ ਮਾਸਟਰ ਰਮਜ਼ਾਨ। ਠੀਕ ਹੈ, ਆਪਣੀ ਆਪਣੀ ਗੋਤ ਕਿਹੜੀ ਸੀਗੀ? ਗੋਤ ਜੀ, ਆਪਣੀ ਗੋਤ ਕਿਹੜੀ ਆ ਜੀ? ਗੋਤ ਗੋਤ, ਹਾਂਜੀ, ਮੈਂ ਆਲੂ ਵਾਲੀ ਆ, ਆਲੂ ਵਾਲੀ, ਹਾਂਜੀ, ਅਤੇ ਸਾਡੀ ਗੋਤ ਹੈਗੀ ਅਕਰੇ, ਅਕਰੇ, ਹਾਂਜੀ। ਆਲੂ ਵਾਲੀਆਂ ਦੇ ਉੱਥੇ ਕਿੰਨੇ ਕੁ ਘਰ ਸੀਗੇ? ਉੱਥੇ ਛੋਟੇ ਘਰ ਸੀ, ਹੋਰ ਕੋਈ ਨਹੀਂ ਸੀ,
ਗੋਜਰੇ ਚ ਇੱਕ ਘਰ ਸੀ ਆਲੂ ਵਾਲੀਆਂ ਦਾ, ਉਹ ਬੰਦਾ ਬੈਂਕ ਚ ਕੰਮ ਕਰਦਾ ਸੀ। ਠੀਕ ਆ ਜੀ, ਠੀਕ ਆ। ਤੇ ਉੱਥੇ ਦੀਆਂ ਕਿੰਨੀਆਂ ਹੋਰ ਯਾਦਾਂ ਤੁਹਾਨੂੰ ਉੱਥੇ ਦੀਆਂ, ਕੱਚੇ ਗੋਜਰੇ ਦੀਆਂ ਕੁਝ ਹੋਰ ਗੱਲਾਂ ਸੁਣਾਓ, ਕੁਝ ਘਟਨਾਵਾਂ। ਖੇਡਦੇ ਮਲਦੇ ਇਕੱਠੇ ਸੀ, ਮੁਸਲਮਾਨ ਹਿੰਦੂ ਸਿੱਖ? ਛੋਟੇ ਹੁੰਦੇ ਖੇਡਦੇ ਰਹੇ ਆ ਮੁੰਡੇ ਨਾਲ। ਉੱਥੇ ਬਾਬਾ ਜਗ੍ਹਾ ਖੁੱਲੀ ਸੀ, ਉੱਥੇ ਖਿੱਦੋ ਖੁੰਡੀ, ਗੁੱਲੀ ਡੰਡਾ, ਦੋ ਪਿੱਪਲ ਸਨ ਬਾਬਾ ਤਗੜੇ ਤਗੜੇ ਛੱਪੜ ਕੰਡੇ, ਉੱਥੇ ਉਹਨਾਂ ਦੇ ਜੰਡ ਬ੍ਰਾਹਮਣ ਖੇਡਦੇ ਰਹਿਣਾ। ਇਹੋ ਖੇਡ ਹੁੰਦੀ ਸੀ ਜ਼ਿਆਦਾ, ਹੋਰ ਕੋਈ ਖੇਡ ਨਹੀਂ ਸੀ। ਫਿਰ ਜਦੋਂ ਹਾਈ ਸਕੂਲ 'ਚ ਮੈਂ ਗਿਆ ਨਾ, ਉੱਥੇ ਫਿਰ ਫੁੱਟਬਾਲ ਹਾਕੀ ਸਭ ਕੁਝ ਕਰਨਾ ਪੈਂਦਾ। ਠੀਕ ਹੈ ਜੀ, ਠੀਕ ਹੈ। ਅਤੇ ਫਿਰ ਜਦੋਂ ਤੁਸੀਂ 46 ਦੇ ਵਿੱਚ ਗਏ ਫੌਜ 'ਚ ਭਰਤੀ ਹੋਏ, 46 ਵਿੱਚ ਭਰਤੀ ਹੋ ਗਿਆ ਸੀ? 1947 'ਚ ਭਰਤੀ ਹੋ ਗਿਆ ਮੈਂ। ਕਿੱਥੇ ਗਏ ਸੀ ਭਰਤੀ ਹੋ ਕੇ? ਮੈਂ ਭਰਤੀ ਹੋਇਆ ਲਾਹੌਰ। ਠੀਕ ਹੈ ਜੀ, ਲਾਹੌਰ ਬਾਰੇ ਕੁਝ ਗੱਲਾਂ ਦੱਸ ਦਿਓ। ਉੱਥੋਂ ਸਾਨੂੰ ਅੰਗਰੇਜ਼ਾਂ ਦਾ ਰਾਜ ਸੀ, ਉਹ ਸਾਨੂੰ ਉੱਥੋਂ ਨਿਕਲ ਨਹੀਂ ਦਿੰਦੇ ਹੁੰਦੇ। ਉੱਥੇ ਆਪਾਂ ਛਾਉਣੀ ਦੇ ਅੰਦਰ ਅੰਦਰ ਬਾਹਰ ਨਹੀਂ ਜਾ ਸਕਦੇ। ਠੀਕ, ਤੇ ਜਦੋਂ ਫਿਰ ਪਾਕਿਸਤਾਨ ਬਣਿਆ, ਉਦੋਂ ਦੀਆਂ ਗੱਲਾਂ ਸੁਣਾਓ, ਤੁਸੀਂ ਕਿੱਥੇ ਸੀਗੇ? ਉਦੋਂ ਫਰੰਟੀਅਰ ਪਠਾਣਾ ਦਾ ਇਲਾਕਾ ਹੈ, ਬੜਾ ਖਤਰਨਾਕ ਥਲ ਹੈ, ਥਲ ਛੋਟਾ ਜਿਹਾ ਸ਼ਹਿਰ ਹੈ, ਉੱਥੇ ਸੀ ਜੀ। ਉੱਥੇ ਇੱਕ ਕਿਲ੍ਹਾ ਸੀ, ਅਤੇ ਸਾਨੂੰ ਕਿਲ੍ਹੇ 'ਚ ਨਹੀਂ ਰੱਖਿਆ, ਸਾਨੂੰ ਬਾਹਰ ਰੱਖਿਆ ਉਹਨਾਂ ਨੇ। ਅਤੇ ਉੱਥੋਂ ਪਠਾਣਾ ਦੇ ਇਲਾਕੇ ਦੇ ਅੰਦਰ ਜਾ ਕੇ ਅਤੇ ਪਿਕਟਾਂ ਚੜ੍ਹਦੀਆਂ ਹੁੰਦੀਆਂ ਸਨ, ਜਿਹਨਾਂ ਪੋਸਟ ਹੁੰਦੇ ਸਨ, ਉਹਨਾਂ ਨੂੰ ਪਿਕਟਾਂ ਦਿੰਦੇ ਸੀ ਉਹ। ਅਤੇ ਉਹ ਪਠਾਣ ਐਡੇ ਰਾਤ ਨੂੰ ਆ ਕੇ ਪਿਕਟ ਹੀ ਪੂਰੀ ਵੱਢ ਜਾਂਦੇ ਸਨ, ਇਹੋ ਜਿਹੇ ਆਦਮੀ ਸਨ ਉਹ। ਫਿਰ ਉਹ ਪੂਰਾ ਪੂਰਾ ਬ੍ਰਿਗੇਡ ਜਾ ਰਿਹਾ, ਉਹ ਪਠਾਣ ਇੱਕ ਪਹਾੜੀ ਦੇ ਉੱਤੇ ਲੁਕਿਆ ਬੈਠਾ, ਉਹ ਇਕੱਲਾ ਹੀ ਸਾਰਾ ਬ੍ਰਿਗੇਡ ਨੂੰ ਰੋਕ ਦਿੰਦਾ ਸੀ। ਅੱਛਾ ਜੀ, ਉੱਥੇ ਰਹੇ ਤੁਸੀਂ? ਬਹੁਤ ਬਹੁਤ ਖਤਰਨਾਕ ਇਲਾਕਾ ਉਹ। ਫਿਰ ਉਸ ਤੋਂ ਬਾਅਦ ਆ ਗਏ ਰੋਜੇ, ਫਿਰ ਕੋਈ ਸਾਨੂੰ ਆਰਾਮ ਹੋ ਗਿਆ। ਅਤੇ ਜਦੋਂ ਪਾਕਿਸਤਾਨ ਬਣਿਆ, ਤੁਹਾਡੀ ਡਿਊਟੀ ਲੱਗੀ ਫਿਰ ਉੱਥੇ ਜਿਹੜੇ ਸਿੱਖ ਜਾਂ ਹਿੰਦੂ ਸੀਗੇ ਉਹਨਾਂ ਨੂੰ ਕੱਢ ਕੇ ਲਿਆਉਣ ਦੀ? ਕਿੱਥੇ? ਨਹੀਂ ਨਹੀਂ, ਅੱਛਾ, ਇੱਧਰ ਨਹੀਂ ਡਿਊਟੀ ਲੱਗੀ ਸਾਡੀ ਕੋਈ ਵੀ। ਸਾਨੂੰ ਜਦੋਂ ਉੱਥੋਂ ਨਿਕਲਿਆ ਨਾ, ਤੇ ਸਿੱਧਾ ਬੰਗਲੌਰ, ਬੰਗਲੌਰ ਸਾਨੂੰ 17 ਰਾਜਪੂਤ ਨੇ ਅਟੈਚ ਕਰਤਾ। ਕੁਛ ਚਿਰ ਤੋਂ ਬਾਅਦ ਫਿਰ ਸਾਨੂੰ ਸਿੱਖ ਰੈਜੀਮੈਂਟ ਨਾਲ ਅਟੈਚ ਕਰਤਾ। ਠੀਕ, ਤੇ ਤੁਹਾਡੇ ਘਰਦਿਆਂ ਨਾਲ ਕੀ ਬਣਿਆ 47 'ਚ? ਭੈਣ ਕੋਲ ਚਲਾ ਗਿਆ, ਉਹ ਭੈਣ ਕੋਲ ਮੈਂ ਪੁੱਛਿਆ, ਪਿਓ ਮੇਰੇ ਅਨੁਸਾਰ ਲਾਲਾ ਦੇ, ਮੈਂ ਵੀ ਲਾਲਾ ਜਾਂਦੇ ਸਾਂ, ਮੈਂ ਲਾਲਾ, ਕਹਿੰਦੇ ਉਹ ਤੇ ਮਰ ਗਿਆ, ਅਨੁਸਾਰ ਛੱਡਿਆ ਹੋਇਆ ਸੀ। ਕਿੱਦਾਂ ਹੋਈ ਸੀ ਪੂਰੀ ਕਹਾਣੀ, ਕਿੱਦਾਂ ਵਾਪਰੀ ਉਹਨਾਂ ਦੀ ਮੌਤ, ਕਿਵੇਂ ਹੋਈ? ਉਹ ਮੈਨੂੰ ਤਾਂ ਨਹੀਂ ਪਤਾ, ਮੈਂ ਉਹ ਇੱਕ ਇੱਥੇ ਇੱਕ ਬੰਦਾ ਮੈਨੂੰ ਮਿਲਿਆ ਸੀ, ਕਹਿੰਦਾ ਸੀ ਕੈਂਪ ਦੇ ਵਿੱਚ ਜੇ ਪੈਸਾ ਕੋਈ ਕੱਢ ਗਈ ਤਾਂ ਖੋ ਕੇ ਲੈ ਜਾਂਦੇ ਸਨ, ਅਤੇ ਭੁੱਖਾ ਮਾਰਿਆ ਆਇਆ ਸੀ, ਅਤੇ ਉਹਨੂੰ ਇੱਥੇ ਰਾਣੀ ਮੋੜ 'ਤੇ ਉਤਾਰ ਗਏ। ਉੱਥੋਂ ਪਤਾ ਨਹੀਂ ਕਿੱਦਾਂ ਉਹਨਾਂ ਦੇ ਘਰ ਪਹੁੰਚਿਆ, ਇੱਕ ਦਿਨ ਰਿਹਾ, ਬਾਕੀ ਦੁਬਾਰਾ ਖਤਮ ਹੋ ਗਿਆ। ਇਕੱਲਾ ਸੀ? ਇਕੱਲਾ ਹੀ ਸੀ, ਮੈਂ ਤਿੰਨ ਭੈਣਾਂ ਸੀ, ਉਹ ਇਹ ਇੱਕ ਤੇ ਯੂਪੀ 'ਚ ਹੈ, ਪਹਿਲਾਂ ਜਿਹੜੀ ਭੈਣ ਮੇਰੀ ਰਾਣਗੜ੍ਹ ਆਈ ਸੀ ਨਾ, ਉਹ ਅਟਾਰੀ ਤਾਂ ਬਿਲਕੁਲ ਲਾਗੇ ਹੀ ਹੈ, ਅਤੇ ਉੱਥੇ ਫੈਰ ਰੋਜ਼ ਹੁੰਦਾ ਸੀ। ਉਹ ਫਿਰ ਉੱਥੋਂ ਛੱਡ ਕੇ ਯੂਪੀ ਜਾ ਕੇ ਜ਼ਮੀਨ ਲੈ ਲਈ ਉਹਨਾਂ ਨੇ, ਅਤੇ ਦੂਸਰੀ ਭੈਣ ਇੱਥੇ ਗੁਰਦਾਸਪੁਰ ਨਾਨੂ ਨੰਗਲ ਪਿੰਡ ਉੱਥੇ ਹੈ। ਇੱਕ ਭੈਣ ਮੇਰੀ ਸੀ, ਉਹ ਲਾਹੌਰ ਸੀ, ਉਹ ਆਪਣੇ ਜਾਮਰਾ ਬਹੁਤ ਹੁਸ਼ਿਆਰ ਆਦਮੀ ਸੀ, ਰੇਲਵੇ 'ਚ ਕੰਮ ਕਰਦਾ ਸੀ, ਸਭ ਕੁਝ ਲੈ ਕੇ ਅਤੇ ਕਾਨਪੁਰ ਤੁਰ ਗਿਆ, ਉੱਥੇ ਨੌਕਰੀ ਕਰਦਾ ਰਿਹਾ। ਅਤੇ ਤੁਸੀਂ ਫਿਰ ਆਪਣੇ ਬਾਪ ਨੂੰ ਲੱਭਣ ਲਈ, ਬਾਪ ਨੂੰ ਲੱਭਣ ਲਈ ਫੌਜ 'ਚੋਂ ਆ ਗਏ? ਕਿੱਥੇ ਕਿੱਥੇ ਲੱਭਿਆ ਉਹਨਾਂ ਨੂੰ? ਮੈਂ ਹਾਂਜੀ ਕਰਦਿਆਂ, ਹਾਂਜੀ ਕਰਦੇ, ਮੈਂ ਗੁਰਦਾਸਪੁਰ ਚੀਫ ਸਾਰਾ ਫਿਰ ਛੱਡਿਆ, 3 ਮਹੀਨੇ ਮੈਂ ਫਿਰਦਾ ਹੀ ਰਿਹਾ, ਮੈਨੂੰ ਕਿਤੇ ਪਤਾ ਨਹੀਂ ਲੱਗਾ। ਅਖੀਰ ਫਿਰ ਮੈਂ ਭੈਣ ਕੋਲ ਗਿਆ, ਫਿਰ ਮੁੜ ਕੇ ਦੁਬਾਰਾ ਨੌਕਰੀ 'ਤੇ ਗਏ। ਹਾਂਜੀ, ਮੁੜ ਕੇ ਦੁਬਾਰਾ ਨੌਕਰੀ ਮਿਲੀ? ਨੌਕਰੀ ਮੈਨੂੰ ਸਜ਼ਾ ਹੋਈ ਸੀ 28 ਦਿਨ ਨੌਕਰੀ ਕਰਦਾ ਰਿਹਾ, ਨੌਕਰੀ ਕਰਕੇ ਫਿਰ ਇਹ ਰੈਂਕ ਲਿਆ ਮੈਂ। ਅੱਛਾ ਅੱਛਾ, ਤੁਸੀਂ ਫਿਰ ਦੱਸਿਆ ਵੀ ਮੈਂ ਕੀ ਕਾਰਨ ਸੀ, ਮੈਂ ਕਿਉਂ ਦੌੜਾ ਸੀ? ਦੱਸਿਆ ਸੀ, ਉਹ ਕਹਿੰਦਾ ਸੀ ਮੈਂ ਤੇਰਾ ਕੋਰਟ ਮਾਰਸ਼ਲ ਕਰਨਾ, ਜਿਹੜਾ ਸੀ ਉਹ ਕਮਾਂਡਿੰਗ ਅਫਸਰ ਸੀ, ਤੇਰੇ ਇਸ ਕਰਕੇ ਤੇ ਮੈਂ ਛੱਡਤਾ, ਤੂੰ ਫਿਰ ਰਿਫਿਊਜੀ ਹੈ। ਅਤੇ ਉਹਨੇ ਫਿਰ ਮੈਨੂੰ 28 ਦਿਨ ਸਜ਼ਾ ਦਿੱਤੀ, 28 ਦਿਨ ਸਜ਼ਾ ਦੇ ਕੇ ਫਿਰ ਨੌਕਰੀ ਕਰਦਾ ਰਿਹਾ ਮੈਂ।
ਤੁਹਾਡੇ ਮਦਰ ਨਹੀਂ ਸੀਗੇ ਜੀ? ਤੁਹਾਡੇ ਮਾਤਾ ਜੀ? ਮਾਤਾ ਪਹਿਲਾਂ ਹੀ ਹੋ ਗਈ ਸੀ, ਸਿਰ ਆਪ ਹੀ ਮੇਰਾ ਕੱਲਾ ਸੀ ਉੱਥੇ, ਉਹ ਵੀ ਆਣ ਕੇ ਇੱਧਰ ਮਰ ਗਿਆ। ਤਿੰਨ ਭੈਣਾਂ ਤੇ ਇੱਕ ਮੈਂ, ਸਾਰਿਆਂ ਨੂੰ ਛੋਟਾ ਮੈਂ ਹਾਂ। ਤੁਸੀਂ ਜਦੋਂ ਫਿਰ ਕੈਂਪਾਂ ਦੇ ਵਿੱਚ ਤੁਸੀਂ ਲੱਭਦੇ ਫਿਰਦੇ ਸੀ ਆਪਣੇ ਪਿਤਾ ਜੀ ਨੂੰ, ਤੁਸੀਂ ਤਾਂ ਬਹੁਤ ਮਾੜੇ ਹਾਲਾਤ ਦੇਖੇ ਹੋਣੇ ਲੋਕਾਂ ਦੇ। ਪਾਕਿਸਤਾਨ 'ਚ ਨਹੀਂ ਮੈਂ ਲੱਭਿਆ ਉਹਨਾਂ ਨੇ, ਨਹੀਂ ਇੰਡੀਆ 'ਚ। ਇੰਡੀਆ 'ਚ ਮੈਂ ਲੱਭਿਆ, ਇੰਡੀਆ 'ਚ ਬਹੁਤ ਗਦਰ ਹੀ ਬੜਾ ਸੀ, ਕੋਈ ਸਮਝ ਨਹੀਂ ਲੱਗਦੀ ਕਿੱਧਰ ਨੂੰ ਜਾਵਾਂ। ਜਿੱਦਾਂ ਜਾ ਰਫੂਜੀ ਕਈ ਨੂੰ ਮਾਰਕੋਟ ਵੱਢ ਟੋਕ ਹੋਣ ਡਈ ਸੀ, ਅਤੇ ਇੱਕ ਥਾਂ 'ਤੇ ਝੇੜੂ 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 ਹੈ ਆਪਣੇ ਇੰਦਰ ਪੰਜਾਬ ਦੇ ਵਿੱਚ, ਉੱਥੇ ਮੁਸਲਮਾਨਾਂ ਦਾ ਕੈਂਪ ਸੀ, ਉਹ ਇਹੋ ਜਿਹਾ ਹਾੜਾ ਆ, ਉਹ ਸਭ ਨੂੰ ਰੋੜ ਕੇ ਲੈ ਗਿਆ। ਉੱਥੋਂ ਲੋਕ ਬੜਾ ਕੁਛ ਲੱਭਦੇ ਰਹੇ ਨੇ, ਨੰਗੇ ਨਹੀਂ ਜਾਂਦਾ ਉੱਥੇ, ਇੰਨੀ ਬੋਹ ਹੁੰਦੀ ਸੀ ਕਿ ਲੋਕ ਮਰ ਗਏ ਸਨ। ਤੁਹਾਨੂੰ ਫਿਰ ਕੋਈ ਲੜਾਈ ਲੜਨ ਦਾ ਮੌਕਾ ਵੀ ਮਿਲਿਆ ਬਾਅਦ 'ਚ? ਲੜਾਈ ਦਾ ਤਿੰਨ ਜਗ੍ਹਾ, ਤਿੰਨ ਵਾਰੀ 1962, 1965 ਅਤੇ 1971, ਤਿੰਨਾਂ ਥਾਵਾਂ 'ਤੇ ਗਏ ਹਾਂ। ਪਰ ਇਹ ਬਦਕਿਸਮਤੀ ਕਿ ਸਾਨੂੰ ਮੌਕਾ ਇਹ ਨਹੀਂ ਮਿਲਿਆ ਕਿ ਅਸੀਂ ਜਾ ਕੇ ਅੱਗੇ ਲੜਾਈ ਕਰੀਏ ਜਾਂ ਗੋਲੀ ਚਲਾਈਏ। ਜਦੋਂ 62 'ਚ ਵੀ ਸੀਸ ਫਾਇਰ ਹੋ ਗਿਆ, 65 'ਚ ਵੀ ਸੀਸ ਫਾਇਰ ਹੋ ਗਿਆ, 71 'ਚ 7 ਤਰੀਕ ਨੂੰ ਹਮਲਾ ਕਰਨਾ ਸੀ ਅਤੇ ਉਹ 6 ਨੂੰ ਸ਼ਾਮ ਨੂੰ ਸੀਸ ਫਾਇਰ ਹੋ ਗਿਆ। ਇਸ ਵਾਸਤੇ ਕੋਈ ਮੌਕਾ ਨਹੀਂ ਮਿਲਿਆ ਸਾਨੂੰ। ਅਤੇ ਆਪਣਾ ਜੱਦੀ ਪਿੰਡ ਤਾਂ ਤੁਸੀਂ ਕਦੀ ਵੀ ਨਹੀਂ ਵੇਖਿਆ ਹੋਣਾ? ਮੈਂ ਆਪਣੇ ਬਾਪ ਨੂੰ ਕਹਿੰਦਾ ਰਿਹਾ ਉਦੋਂ ਜਦੋਂ ਮੈਂ ਭਰਤੀ ਨਹੀਂ ਸੀ ਹੋਇਆ, ਮੈਂ ਕਿਹਾ ਮੈਨੂੰ ਆਪਣਾ ਪਿਛਲਾ ਪਿੰਡ 'ਤੇ ਵਿਖਾ ਦੇ, ਅਗਲੇ ਸਾਲ ਚੱਲਾਂਗੇ, ਅਗਲੇ ਸਾਲ ਚੱਲਾਂਗੇ, ਅਗਲਾ ਸਾਲ ਆਇਆ ਨਹੀਂ। ਮੇਰਾ ਬਾਪ ਜਾਂਦਾ ਹੁੰਦਾ ਸੀ, ਪਤਾ ਨਹੀਂ ਕੀ ਉੱਥੇ ਹਰ ਸਾਲ ਜਾਂਦਾ ਸੀ, ਕੋਈ ਨਾ ਕੋਈ ਲੈ ਕੇ ਆਉਂਦਾ ਸੀ। ਮੈਨੂੰ ਨਹੀਂ ਉਹਨੇ ਦੱਸਿਆ ਕੀ ਹੈ ਸਾਡਾ ਉੱਥੇ ਕੀ ਨਹੀਂ। ਇੱਕ ਬੰਦਾ ਇੱਥੇ ਮੈਨੂੰ ਮਿਲਿਆ ਸੀ ਸਿਆਲਕੋਟ ਦਾ, ਉਹ ਮੈਨੂੰ ਕਹਿੰਦਾ ਸੀ ਤੇਰਾ ਦਾਦਾ ਬੜਾ ਵੱਡਾ ਸ਼ਾਹ ਸੀ, ਜ਼ਮੀਨ ਵੀ ਸੀ ਤੁਹਾਡੀ, ਉਹਨੂੰ ਜ਼ਮੀਨ ਵੀ ਨਹੀਂ ਮਿਲੀ। ਮੈਂ ਜਲੰਧਰ ਉਦੋਂ ਸੈਕਟਰੀਏਟ ਪਤਾ ਨਹੀਂ ਕੀ ਉਹਨਾਂ ਦੇ ਉੱਥੇ ਗਿਆ, ਉੱਥੇ ਲਿਖਾਇਆ ਕਹਿੰਦੇ ਨਹੀਂ ਤੇਰੀ ਜ਼ਮੀਨ। ਫਿਰ ਮੈਂ ਕਿਸੇ ਨੂੰ ਪੁੱਛਿਆ ਅਤੇ ਉਹ ਕਹਿੰਦੇ ਵੀ ਜਦੋਂ 20 ਸਾਲ ਇੱਕ ਜੱਟ ਜ਼ਮੀਨ ਵਾਹਦੇ ਨਾ, ਉਹ ਮਰੂਸ ਹੋ ਜਾਂਦੀ ਹੈ, ਇਸ ਵਾਸਤੇ ਤੁਹਾਨੂੰ ਜ਼ਮੀਨ ਨਹੀਂ ਮਿਲਣੀ। ਇਹਦਾ ਮਤਲਬ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਜ਼ਮੀਨ ਕੋਈ ਹੋਰ ਵਾਹੁੰਦੇ ਹੋਣਗੇ, ਕਿਸੇ ਹੋਰ ਨੂੰ ਦਿੱਤੀ ਹੋਣੀ ਜ਼ਮੀਨ ਵਾਹੁਣ ਲਈ? ਤੁਹਾਡੇ ਬਜ਼ੁਰਗਾਂ ਨੇ ਜ਼ਮੀਨ ਆਪ ਨਹੀਂ ਵਾਹੀ ਹੋਣੀ? ਸ਼ੌਕੀਨ ਲੋਕ ਸਨ, ਦਾਦਾ ਸ਼ਾਹ ਸੀ, ਬਾਕੀ ਚਾਚੇ ਤਾਏ ਜਿਹੜੇ ਸਨ ਉਹ ਇੱਦਾਂ ਹੀ। ਚਾਚੇ ਤਾਏ ਮੁੜ ਕੇ ਮਿਲੇ ਕਦੀ? ਕਿੱਥੇ ਰਹਿੰਦੇ ਆ? ਮੈਂ ਗਿਆ ਨਾ ਫੁੱਲ ਤਾਰਨ ਆਪਣੇ ਪਿਓ ਦੇ, ਅਤੇ ਉੱਥੇ ਮੈਨੂੰ ਜਿਹੜਾ ਪੰਡਿਤ ਸੀ ਉਹਨੇ ਮੈਨੂੰ ਸਾਰੇ ਨਾਂ ਦੱਸੇ ਆ, ਪਿਓ ਨਾ ਤੇਰਾ ਦਾਦਾ ਆ, ਚਾਚੇ ਦਾ ਤਾਏ ਨਾ, ਤਾਏ ਦਾ ਨਾਂ ਯਾਤਰ, ਸਾਰੇ ਨਾਂ ਦੱਸੇ ਸੀ ਉਹਨੇ। ਪਰ ਇਹ ਨਹੀਂ ਪਤਾ ਉਹ ਕਿੱਥੇ ਰਹਿ ਰਹੇ ਆ ਅੱਜ ਕੱਲ੍ਹ? ਉਹ ਸਾਰੇ ਖਤਮ ਹੋ ਗਏ ਸਨ। ਅੱਛਾ, ਪਲੇਗ ਦੀ ਬਿਮਾਰੀ ਪਈ ਨਾ, ਉਹ ਖਤਮ ਹੋ ਗਏ ਸਨ। ਮੇਰਾ ਫਾਦਰ ਹੀ ਬਚਿਆ, ਉਹ ਪਤਾ ਨਹੀਂ ਕਿੱਦਾਂ ਉੱਧਰੋਂ ਨਿਕਲਿਆ, ਮੈਂ ਕੋਈ ਸਮਝ ਨਹੀਂ। ਪਹਿਲਾਂ ਵੀ ਬੜਾ ਦੁਖੀ ਹੋਣਾ, ਸਾਰੇ ਰਿਸ਼ਤੇਦਾਰ ਉਹਦੇ ਗਵਾਚ ਗਏ, ਪਲੇਗ ਨੇ ਖਾ ਲਏ। ਕੋਈ ਰਿਸ਼ਤੇਦਾਰ ਨਹੀਂ ਮਿਲਿਆ, ਮੇਰੇ ਪਿਓ ਦੇ ਰਿਸ਼ਤੇਦਾਰ ਬਹੁਤ ਤਗੜੇ ਸੀ, ਕੋਈ ਸਟੇਸ਼ਨ ਮਾਸਟਰ ਸੀ, ਕੋਈ ਡਾਕਟਰ ਸੀ, ਕੋਈ ਕੁਛ ਸੀ, ਕੋਈ ਨਹੀਂ ਮਿਲਿਆ ਮੈਨੂੰ। ਤੁਹਾਨੂੰ ਐਂ ਪਤਾ ਵੀ ਕਿਹਨਾਂ ਕਿਹਨਾਂ ਪਿੰਡਾਂ 'ਚ ਰਿਸ਼ਤੇਦਾਰੀਆਂ ਸੀ ਤੁਹਾਡੀਆਂ? ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸੀ। ਮੈਂ ਨਾਨਕੇ, ਜਿੱਦਾਂ ਨਾਨਕੇ ਹੁੰਦੇ ਆ, ਨਾਨਕੇ ਨਾਨਕੇ ਮੇਰੇ ਸੀ ਕਸ਼ਮੀਰ ਦੇ ਵਿੱਚ, ਭਿੰਬਰ ਗਲੀ ਹੈ ਨਾ, ਉਸ ਤੋਂ ਅੱਗੇ ਇੱਕ ਪਿੰਡ ਸੀ, ਉੱਥੇ ਸੀ ਪਿਓ ਮੇਰਾ। ਜਦੋਂ ਭੱਜ ਗਿਆ ਨਾ, ਅਤੇ ਉਹਨੇ ਇੱਥੋਂ ਉੱਧਰ ਦੀ ਜਨਾਨੀ ਕਰ ਲਈ, ਉੱਧਰ ਉਹਨਾਂ ਦੀ ਜ਼ਮੀਨ ਵੀ ਹੈਗੀ ਸੀ, ਛੋਟਾ ਜਿਹਾ ਬਾਗ ਸੀ ਉਹਨਾਂ ਦਾ। ਮੈਂ ਗਿਆ ਇੱਕ ਵਾਰੀ ਗਿਆ, ਮੈਂ ਛੋਟਾ ਹੁੰਦਾ ਗਿਆ ਮੈਂ ਉਦੋਂ, ਮੈਂ ਉਹ ਮੈਨੂੰ ਪਤਾ ਹੈ। ਮੁੜ ਕੇ ਕੋਈ ਮੁਲਾਕਾਤ ਨਹੀਂ ਹੋਈ ਮਾਮਾ ਜੀ ਦੇ? ਤੁਹਾਡੇ ਮਾਮੇ? ਮਾਮਾ ਮੇਰਾ ਇੱਕ ਸੀ, ਇੱਕ ਮਾਸੀ। ਕੀ ਨਾਂ ਸੀ ਉਹਨਾਂ ਦੇ? ਮਾਸੀ ਦਾ ਨਾਂ ਬੂਬਾ ਸੀ, ਮਾਮੇ ਦਾ ਨਾਂ ਦਾ ਮੈਨੂੰ ਪਤਾ। ਮਾਮਾ ਮੇਰਾ ਉਹ ਨਖਾ ਹੱਥ ਨਾਲ ਖੋਲਣ ਲੱਗਾ ਅਤੇ ਉੱਥੋਂ ਸੱਪ ਲੜਿਆ ਅਤੇ ਉੱਥੇ ਹੀ ਮਰ ਗਿਆ। ਨਾਨੀ ਮੇਰੀ ਬਹੁਤ ਬਜ਼ੁਰਗ ਸੀ, ਉਹ ਬੜਾ ਪਿਆਰ ਕਰਦੀ ਹੁੰਦੀ ਸੀ ਮੈਨੂੰ। ਚੰਗੇ ਰਿਸ਼ਤੇ ਖਿਲਰੇ ਮੁੜ ਕੇ ਨਹੀਂ ਮਿਲੇ? ਮੈਨੂੰ ਪਤਾ ਹੀ ਨਹੀਂ ਕਿੱਥੇ ਕਿੱਥੇ। ਮੈਂ ਕਈਆਂ ਨੂੰ ਪੁੱਛਿਆ, ਕਹਿੰਦੇ ਸਾਨੂੰ ਨਹੀਂ ਪਤਾ। ਜਿੱਥੇ ਤੁਹਾਡਾ ਬਚਪਨ ਬੀਤਿਆ, ਜਿੱਥੇ ਤੁਹਾਡਾ ਜਨਮ ਹੋਇਆ, ਉਹ ਪਿੰਡ ਸੀ ਕੱਚਾ ਗੋਜਰਾ, ਹੈ ਨਾ? ਉੱਥੇ ਦੀਆਂ ਕਿੰਨੀਆਂ ਯਾਦਾਂ ਆ, ਕੋਈ ਸੁਣਾਓ। ਘਰ ਘਰ ਕਿਸ ਪਾਸੇ ਸੀ? ਤੁਹਾਡਾ ਘਰ ਕਿਹੜੇ ਪਾਸੇ ਸੀ? ਮੇਰਾ ਘਰ ਸੀਗਾ ਪਿੰਡ ਦੇ ਅਗਲੇ ਪਾਸੇ ਜਾ ਕੇ, ਅਤੇ ਕੋਈ ਪੱਕਾ ਕੋਈ ਘਰ ਨਹੀਂ, ਉਹ ਸਰਦਾਰਾਂ ਦੇ ਘਰ ਬਣਾਏ ਹੋਏ ਸਨ, ਉਹਨਾਂ 'ਚ ਉਹ ਰੱਖਦੇ ਸੀ। ਉਹ
ਰੱਖਦੇ ਸਨ ਰੂੜੀ ਰੂੜੀ ਵਾਸਤੇ ਰੂੜੀ ਕਾਂਡਮਾਂ ਦੇ ਗੋਹਾ ਜੋ ਕੁਛ ਵੀ ਇਕੱਠਾ ਕਰਨਾ ਹੈ। ਠੀਕ ਤੇ ਫਿਰ ਤੁਸੀਂ ਕਾਦੀਆਂ ਕਿੱਦਾਂ ਆ ਕੇ ਬਸੇ? ਕਾਦੀਆਂ ਮੈਂ ਫੌਜ ਚੋਂ ਆਣ ਕੇ ਸਣ ਪਹਿਣ ਦੇ ਵਿੱਚ ਅਤੇ ਸਣ ਪਹਿਣ ਦੇ ਵਿੱਚ ਮੈਂ ਇਹਨਾਂ ਨੂੰ ਇੱਥੇ ਲੈ ਆਇਆ ਅਤੇ ਉਦੋਂ ਹੀ ਮੈਨੂੰ ਲੜਾਈ ਲੱਗੀ ਸੀ ਪਹਿਣ ਦੀ ਅਤੇ ਉਹ ਮੈਨੂੰ ਰੀਕਾਲ ਕਰ ਲਿਆ। ਮੈਂ ਇਹਨਾਂ ਨੂੰ ਇੱਥੇ ਇੱਕ ਮਕਾਨ ਕਿਰਾਏ 'ਤੇ ਲੈ ਕੇ ਉੱਥੇ ਛੱਡ ਕੇ ਮੈਂ ਚੱਲਿਆ, ਤੁਸੀਂ ਆਪੇ ਸੈੱਟ ਸੁੱਟ ਕਰਦੇ ਰਹੇ, ਮੈਂ ਚਲਿਆ ਗਿਆ ਯੂਨਿਟ 'ਚ। ਠੀਕ ਤੇ ਇੱਥੇ ਬਹੁਤੇ ਸਿਆਲਕੋਟੀ ਹੈ ਉਹ ਕਾਦੀਆਂ 'ਚ? ਹਾਂਜੀ ਕਾਦੀਆਂ 'ਚ ਬਹੁਤੇ ਸਿਆਲਕੋਟੀ ਹੈ। ਸਿਆਲਕੋਟੀ ਨੇ ਬਾਜਵੇ, ਸਿਆਲਕੋਟੀ ਨੇ ਭਾਟੇ, ਸਿਆਲਕੋਟੀ ਨੇ ਘਮਿਆਰ, ਸਿਆਲਕੋਟੀ ਸਾਰੇ ਸਿਆਲਕੋਟੀ ਨੇ, ਪਰ ਮੇਰੇ ਇਲਾਕੇ ਦਾ ਇਹਨਾਂ 'ਚ ਕੋਈ ਨਹੀਂ ਹੈ। ਠੀਕ ਤੇ ਚਲੋ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ, ਤੁਸੀਂ ਦਰਸ਼ਨ ਦਿੱਤੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।